ਤੁਹਾਡਾ? ਮੇਰਾ ਨਾਮ ਪੂਜਾ ਰਾਣੀ ਹੈ। ਹਾਂ ਹਾਂ। ਮੇਰਾ ਪਿੰਡ ਗੱਟੀ ਰਾਜੋ ਕੇ ਹੈ। ਮੇਰੇ ਡੈਡੀ ਦੀ ਡੈਥ ਹੋ ਗਈ ਹੈ, ਸ਼ਰਾਬ ਕਰਕੇ ਹੋਈ ਹੈ, ਜ਼ਹਿਰੀਲੀ ਸ਼ਰਾਬ ਹੈ। ਤੇ ਇੱਥੇ ਪੱਠੀਆਂ ਲੱਗਦੀਆਂ। ਕਿੱਥੇ ਪੱਠੀਆਂ ਲੱਗਦੀਆਂ ਨੇ ਮਤਲਬ? ਬੰਨ ਦੇ ਲਾਗੇ। ਕਿਸ ਤਰ੍ਹਾਂ ਦੀ ਦਾਰੂ ਜਿਹੜੀ ਤਿਆਰ ਕੀਤੀ ਜਾਂਦੀ ਹੈ, ਕਿੱਥੋਂ ਕੀਤੀ ਜਾਂਦੀ? ਆ ਗੰਦੇ ਪਾਣੀ ਤੋਂ, ਜਿਹੜਾ ਦਰਿਆ ਵਿੱਚ ਆਉਂਦਾ ਹੈ। ਕਾਲਾ ਪਾਣੀ? ਪਾਕਿਸਤਾਨ ਤੋਂ ਆਉਂਦਾ ਹੈ ਪਾਣੀ। ਉਹਦੇ ਤਿਆਰ ਕੀਤੀ ਜਾਂਦੀ ਹੈ? ਉਹਦੇ ਤੋਂ ਤਿਆਰ ਕੀਤੀ ਜਾਂਦੀ ਹੈ। ਉਹਦੇ ਕਰਕੇ ਕਿੰਨੀ ਕੁ ਦਾਰੂ ਪੀਂਦੇ ਸੀ ਡੈਡੀ ਤੁਹਾਡੀ? ਮੇਰੇ ਡੈਡੀ ਬਹੁਤ ਦਾਰੂ ਪੀਂਦੇ ਸੀ ਇਸੇ ਕਰਕੇ। ਅਤੇ ਪੁਲਿਸ ਪ੍ਰਸ਼ਾਸਨ ਇੱਥੇ ਰੋਕਦਾ ਨਹੀਂ ਕੋਈ ਵੀ? ਕੋਈ ਨਹੀਂ ਇੱਥੇ ਰੋਕਦਾ ਸੀ। ਅਤੇ ਕੋਈ ਆਉਂਦੇ ਸੀ ਅਤੇ ਉਹ ਪੈਸੇ ਲੈ ਕੇ ਅਤੇ ਉਹ ਚੁੱਪ ਚਾਪ ਚਲੇ ਜਾਂਦੇ ਸੀ। ਹੁਣ ਤੁਹਾਡੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ? ਤੁਹਾਡਾ ਡੈਡੀ ਸੀਗਾ ਸਾਇਆ ਜਿਹੜਾ ਤੁਹਾਡੇ ਘਰ 'ਤੇ? ਸਾਡੇ ਘਰ ਦਾ ਗੁਜ਼ਾਰਾ। ਕੋਈ ਭਰਾ ਹੈ ਤੁਹਾਡਾ ਅਗਲੇ? ਨਹੀਂ ਹੈ। ਹਾਂਜੀ? ਨਹੀਂ ਹੈ। ਮੇਰਾ ਨਾਮ ਵਿਦੋ ਬਾਈ। ਹਾਂ ਵੀ ਤੁਹਾਡੇ ਕਿੰਦੇ ਘਰ ਵਾਲੇ ਕਿੰਦੇ ਡੈਥ ਹੋਈ ਹੈ? ਡੈਥ ਮੇਰੇ ਮਾਮੇ ਦੀ ਹੋਈ ਹੈਗੀ, ਅਗਾ ਇੱਕ ਮੇਰਾ ਵੀਰ ਸੀਗਾ ਉਹਦੀ ਡੈਥ ਹੋਈ ਹੈਗੀ। ਕਿਵੇਂ ਹੋਈ ਸੀ, ਕਿਉਂ ਹੋਈ? ਉਹਨਾਂ ਨਸ਼ੇ ਪੀ ਪੀ ਤੇ ਦਾਰੂ ਪੀਂਦੇ ਸੀਗੇ। ਦਾਰੂ ਇੱਥੇ ਸਾਡੇ ਆ ਦਰਿਆ ਵਗਦਾ ਹੈਗਾ, ਇਹਦੇ ਚ ਪਾਣੀ ਗੰਦਾ ਹੁੰਦਾ ਤੇ ਕਸੂਰ ਚੋਂ, ਤੇ ਉਸ ਵਿੱਚ ਦਾਰੂ ਬਣਾਈ ਜਾਂਦੇ ਗੇ। ਤੇ ਜੇ ਅਸੀਂ ਕਹਿ ਦਿੰਦੇ ਹਾਂ ਵੀ ਸਾਡਾ ਕੋਈ ਨਹੀਂ ਕੁਛ ਕਰ ਸਕਦਾ ਹੈਗਾ, ਅਸੀਂ ਐਸ ਆਈ ਨੂੰ ਮਹੀਨਾ ਭਰਨੇ ਆ ਤੇ ਸਾਡਾ ਕੋਈ ਨਹੀਂ ਕੁਛ ਕਰ ਸਕਦਾ, ਜੇ ਅਸੀਂ ਬੋਲਦੇ ਹਾਂ ਮੂਹਰੇ ਸਾਡੇ ਬੰਦਾ ਨੂੰ ਉਹਨਾਂ ਧੱਕੇ ਨਾਲ ਦਾਰੂ ਪੀਂਦੇ ਗੇ, ਕੋਈ ਅਸੀਂ ਕਹਿ ਪੈਸੇ ਨਹੀਂ ਦਿੰਦੇ ਹਾਂ ਤੇ ਇਵੇਂ ਹੀ ਪਵਾ ਦਿੰਦੇ ਨੂੰ ਤਾਰੀ, ਵੀ ਮਾੜਾ ਮੋਟਾ ਕੋਈ ਦਿਹਾੜੀ ਦੱਪਾ ਕਰਦੇ ਨੇ ਉਹਨਾਂ ਨੂੰ ਦਿੰਦੇ ਗੇ, ਸਾਨੂੰ ਘਰ 'ਚ ਕੁਛ ਨਹੀਂ ਦਿੰਦੇ ਗੇ। ਜਿਹੜੇ ਦਾਰੂ ਵੇਚਦੇ ਨੇ ਉਹਨਾਂ ਨੂੰ ਦੇ ਕੇ ਆ ਜਾਂਦੇ ਗੇ ਪੈਸਾ। ਹਾਂ ਗਜਰੀਲੀ ਦਾਰੂ ਪੀਂਦੇ ਗੇ। ਘਰ ਦੇ ਵਿੱਚ ਕਿੰਨੇ ਘਰ 'ਚ ਰਾਗ ਜਿਹੜੇ ਬਜਾ ਦਿੱਤੇ ਨੇ ਦਾਰੂ ਨੇ ਔਰ ਨਸ਼ੇ ਨੇ, ਸਰਕਾਰ ਤੋਂ ਕੀ ਉਮੀਦਾਂ ਕਰਦੇ ਹੋ ਤੁਸੀਂ? ਅਸੀਂ ਕਹਿੰਦੇ ਹਾਂ ਵੀ ਦਾਰੂ ਜਿੰਨਾ ਨਸ਼ਾ ਹੈਗਾ ਸਰਕਾਰ ਕਹਿੰਦੀ ਅਸੀਂ ਛਡਾ ਦੇਵਾਂਗੇ, ਵਧੀ ਜਾਂਦਾ ਪਰ ਘਟਦਾ ਨਹੀਂ ਹੈਗਾ ਨਸ਼ਾ। ਇਹਨੇ ਘਰ ਕਿੰਨੇ ਕੁ ਚਰਾਗ ਜਿਹੜੇ ਬੁਝਾ ਦਿੱਤੇ ਨੇ ਤੁਹਾਡੇ ਪਿੰਡ ਦੇ ਵਿੱਚ? ਇੱਥੇ 5-6 ਹੈਗੇ ਨੇ ਘਰ ਵੀ ਜਿਹੜੇ ਨਸ਼ੇ ਕਰਕੇ ਦਾਰੂ ਕਰਕੇ ਦਾਰੂ ਕਰਕੇ ਹਾਂ ਦਾਰੂ ਕਰਕੇ ਜ਼ਹਿਰੀਲੀ ਜ਼ਹਿਰੀਲੀ ਦਾਰੂ ਕਰਕੇ? ਹਾਂ ਜ਼ਹਿਰੀਲੀ ਦਾਰੂ ਕਰਕੇ। ਦਾਰੂ ਨੇ ਸਾਡੇ 4 ਬੰਦੇ ਮਰਨ, 5 ਮਰਨ, ਕੁਛ ਮਰਜ਼ੀ ਹੋਵੇ। ਸਰਕਾਰ ਤਾਂ ਬੜੇ ਵੱਡੇ ਵੱਡੇ ਦਾਅਵੇ ਕਰਦੀ, ਕਹਿੰਦੇ ਨਸ਼ਾ ਰੋਕ ਦਿੱਤਾ। ਕੋਈ ਨਸ਼ਾ ਨਹੀਂ, ਹੱਥ ਦੂਣਾ ਵਧੀ ਜਾਂਦਾ ਨਸ਼ਾ, ਵੱਧ ਹੀ ਪੀਤੀ ਜਾਂਦਾ, ਕੱਢੀ ਜਾਂਦੇ ਗੇ, ਛਰੇ ਆਮ ਫੱਟੀਆਂ ਲੱਗਦੀਆਂ, ਕੋਈ ਪੁਲਿਸ ਵਾਲਾ ਕੁਛ ਮਹੀਨਾ ਲਈ ਜਾਂਦੇ ਗੇ, ਕੋਈ ਪੁਲਿਸ ਵਾਲਾ ਨੂੰ ਕੁਛ ਵੀ ਨਹੀਂ ਕਹਿੰਦੇ ਗੇ, ਦੂਜਾ ਕੀਚੜ ਪੀ ਕੱਢਦੇ ਗੇ ਦਾਰੂ। ਸਰਕਾਰ ਤੋਂ ਕੀ ਉਮੀਦ ਕਰਦੇ ਹੋ? ਸਰਕਾਰ ਤੋਂ ਕੀ ਉਮੀਦ ਕਰਦੇ ਹੋ? ਅਸੀਂ ਇਹ ਉਮੀਦ ਕਰਨਾ ਵੀ ਇਹ ਜਿੰਨਾ ਨਸ਼ਾ ਹੈਗਾ ਇਹਨਾਂ ਨੂੰ ਰੋਕਿਆ ਜਾਵੇ। ਗੁਰਦੀਪ ਸਿੰਘ। ਕਿੱਥੋਂ ਦੇ ਰਹਿਣ ਵਾਲੇ? ਪਿੰਡ ਗੱਟੀ ਰਾਜੋ ਕੇ। ਹਾਂ ਕੀ ਹੋਇਆ ਸੀ ਬਾਪੂ ਤੁਹਾਡੇ ਨੂੰ? ਬਾਪੂ ਸਾਡੇ ਨੇ ਜੀ ਦਾਰੂ ਪੀਣ ਨਾਲ ਉਸਦੀ ਮੌਤ ਹੋ ਗਈ। ਸਰਕਾਰਾਂ ਤਾਂ ਬੜੇ ਵੱਡੇ ਦਾਅਵੇ ਕਰਦੀਆਂ ਨਸ਼ਾ ਖਤਮ ਕਰਨ ਦੇ, ਕਹਿੰਦੇ ਇਹੀ ਗੱਲ ਹੈ ਵੀ ਇਹ ਸਾਨੂੰ ਮਤਲਬ ਕਿ ਕਿੱਥੋਂ ਬਣਦੀ ਹੈ ਜ਼ਹਿਰੀਲੀ ਸ਼ਰਾਬ, ਇਹ ਕਿੱਥੋਂ ਤਿਆਰ ਹੁੰਦੀ ਹੈ ਸਾਨੂੰ? ਕਿੱਥੇ ਤਿਆਰ ਕਰਦੇ ਨੇ? ਦਰਿਆ 'ਤੇ ਕਰਦੇ? ਕਿਸ ਤਰ੍ਹਾਂ ਕਰਦੇ ਇਹ? ਹੁਣ ਜੀ ਉਹਨਾਂ ਹਾਂ ਦਰਿਆ 'ਤੇ ਕਰਦੇ ਨੇ। ਇਹ ਪਾਣੀ ਕਿਸ ਤਰ੍ਹਾਂ ਦਾ? ਪਾਣੀ ਕਾਲਾ ਪਾਣੀ, ਪਾਣੀ ਖਰਾਬ ਹੈ, ਉਹਦੇ ਵਿੱਚ ਪਾਉਂਦੇ ਨੇ ਤਿਲ ਬਦਲੂਆਂ। ਅਤੇ ਅਸੀਂ ਇਹ ਕਹਿੰਦੇ ਹਾਂ ਵੀ ਇਹ ਜਿਹੜੀ ਦਾਰੂ ਹੈ, ਇਹ ਦਾਰੂ ਪੁਲਿਸ ਨੂੰ ਵੀ ਅੱਗੇ ਰਿਪੋਰਟ ਕੀਤੀ, ਇੱਥੇ 2-3 ਮੌਤਾਂ ਹੋ ਗਈਆਂ ਨੇ। ਪੁਲਿਸ ਨੇ ਕੋਈ ਕਾਰਵਾਈ ਕੀਤੀ ਇਹਦੇ ਬਾਰੇ? ਉਹਦੇ ਬਾਰੇ ਕੋਈ ਨਹੀਂ ਕੀਤੀ ਜੀ। ਜਿਹੜੇ ਵੇਚਦੇ ਨੇ ਸ਼ਰਿਆਂ ਵੇਚਦੇ ਨੇ ਕਿ ਸ਼ਰਿਆਂ ਜੀ? ਕੀ ਕਹਿੰਦੇ, ਕੋਈ ਪੁਲਿਸ ਦਾ ਡਰ ਨਹੀਂ? ਨਾ ਨਾ ਪੁਲਿਸ ਦਾ ਨਹੀਂ ਡਰ। ਹਾਂਜੀ ਨਾ ਨਾ ਕਹਿੰਦੇ ਕੋਈ ਡਰ ਨਹੀਂ ਪੁਲਿਸ ਨੂੰ ਇਹਨਾਂ ਦੇ। ਹਾਂ ਇਹ ਪੁਲਿਸ ਨੂੰ ਇੱਥੇ ਨਾ ਮਿਲੇ ਮੁਲੇ ਹੋਏ ਨੇ, ਮਿੰਨਾ ਮੁੰਨਾ ਦਿੰਦੇ ਨੇ ਕੋਈ ਨਾ। ਇਸ ਤਰ੍ਹਾਂ ਲਗਾਤਾਰ ਕਿੰਨੀਆਂ ਮੌਤਾਂ ਹੋ ਗਈਆਂ ਨੇ ਜ਼ਹਿਰੀਲੀ ਸ਼ਰਾਬ ਨਾਲ? ਜ਼ਹਿਰੀਲੀ ਸ਼ਰਾਬ ਨਾਲ ਇੱਥੇ ਹੋ ਗਈਆਂ ਜੀ 4-5 ਮੌਤਾਂ ਹੋ ਗਈਆਂ ਨੇ। ਹੁਣ ਤੁਸੀਂ ਕੀ ਸਰਕਾਰ ਤੋਂ ਕੀ ਮੰਗ ਕਰਦੇ? ਇਹੀ ਕਹਿੰਦਾ ਗਰੀਬ ਬੰਦਿਆਂ ਜਾਂ ਕਿਸਾਨੂੰ ਮੰਨ ਕੇ ਚਲੋ ਕੋਈ ਮੁਆਵਜ਼ਾ ਦਿੱਤਾ ਜਾਵੇ ਦਾਰੂ ਨੂੰ ਇਹਨਾਂ ਨੇ ਪੁਲਿਸ 'ਚ। ਇਹ ਤਾਂ ਜੀ ਹੁਣ ਉਹਨਾਂ ਨੂੰ ਪਤਾ, ਇਹ ਹੁਣ ਸਾਨੂੰ ਨਹੀਂ ਪਤਾ ਹੁਣ ਸਾਰੇ ਇਹਨਾਂ ਨੂੰ। ਸੰਦੀਪ ਕੌਰ। ਹਾਂ ਕੀ ਕਹਿਣਾ ਚਾਹੁੰਦੇ? ਜਿਹੜੇ ਤੁਹਾਡੇ ਸਹੁਰੇ ਦੀ ਡੈਥ ਹੋਈ, ਕਿਸ ਤਰ੍ਹਾਂ ਹੋਈ? ਉਹ ਮੇਰੇ ਸਹੁਰੇ ਦੀ ਡੈਥ ਗੰਦੀ ਸ਼ਰਾਬ ਪੀਣ ਕਾਰਨ, ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈ। ਜ਼ਹਿਰੀਲੀ ਸ਼ਰਾਬ ਕਿੱਥੋਂ ਆਉਂਦੀ, ਕਿਸ ਤਰ੍ਹਾਂ? ਜ਼ਹਿਰੀਲੀ ਸ਼ਰਾਬ ਗੰਦੇ ਪਾਣੀ, ਪਾਕਿਸਤਾਨ ਪਾਣੀ ਕਾਲੇ ਤੋਂ ਉੱਥੋਂ ਬਣਦੀ ਹੈ ਪਾਣੀ, ਗੰਦੇ ਤੋਂ। ਅੱਛਾ ਜੀ, ਕੌਣ ਬਣਾਉਂਦੇ ਨੇ ਪੱਠੀਆਂ, ਕਿੱਥੇ ਲਾਉਂਦੇ ਨੇ? ਇਹ ਸਾਰੇ ਪਿੰਡ 'ਚ ਆਮ ਹੀ ਸ਼ਰੇਆਮ ਹੀ ਵਿਕੀ ਜਾਂਦੀ ਹੈ ਸ਼ਰਾਬ, ਕੋਈ ਨਹੀਂ ਕੁਛ ਕਹਿੰਦਾ ਨਾ, ਬਸ ਇਹੀ ਕਹਿੰਦੇ ਆ ਵੀ ਸਾਡਾ ਮਹੀਨੇ ਦਾ
ਵੀ ਪੈਸੇ ਦਿੱਤੇ ਹੋਏ ਤਾਂ ਪੁਲਿਸ ਆ ਵੀ ਜਾਂਦੀ ਹੈ ਅਤੇ ਕੁਛ ਵੀ ਨਹੀਂ ਕਹਿੰਦੀ, ਪੈਸੇ ਲੈ ਕੇ ਮੁੜ ਜਾਂਦੀ ਆ। ਅੱਛਾ, ਪੁਲਿਸ ਇਹਨਾਂ ਨੂੰ ਬਿਲਕੁਲ ਰੋਕਦੀ ਨਹੀਂ ਗੀ? ਕੁਛ ਵੀ ਨਹੀਂ ਕਹਿੰਦੀ, ਬਸ ਪੁਲਿਸ ਤਾਂ ਬਸ ਇਹ ਗੰਦੇ ਪਾਣੀ ਕਰਕੇ ਇੱਥੇ ਬਹੁਤ ਚਿਰਾਗ ਬੁੱਝੀ ਜਾਂਦੇ ਆ। ਨਸ਼ਿਆਂ ਦੇ ਕਰਕੇ ਕਿੰਨੇ ਘਰ ਬਰਬਾਦ ਹੋ ਚੁੱਕੇ? ਬਹੁਤ ਬਰਬਾਦ ਹੋ ਗਏ ਬਹੁਤ। ਹੁਣ ਕੈਪਟਨ ਸਰਕਾਰ ਤੋਂ ਕੀ ਉਮੀਦਾਂ ਕਰਦੇ ਹੋ ਤੁਸੀਂ? ਅਸੀਂ ਬਸ ਇਹ ਹੀ ਕਹਿੰਦੇ ਵੀ ਜਿਹੜੇ ਸ਼ਰਾਬ ਦਾ ਕੰਮ ਰੋਕਿਆ ਜਾਵੇ, ਜਿਹੜੇ ਵੱਧ ਵੱਧ ਚਿਰਾਗ ਆ ਬੁੱਝੇ ਜਾਂਦੇ ਉਹਨਾਂ ਨੂੰ ਬਚਾਇਆ ਜਾਵੇ। ਜਸਵੀਰ ਕੌਰ, ਕਿੱਥੋਂ ਰਹਿਣ ਵਾਲਾ? ਪਿੰਡ ਗੱਟੀ ਰਾਜੋ ਕੇ। ਕੀ ਕਹਿਣਾ ਚਾਹੁੰਦੇ ਹੋ ਜਿਹੜੀ ਡੈਥ ਹੋਈ? ਸਰ ਇਸ ਪਿੰਡ 'ਚ ਦਾਰੂ ਬਹੁਤ ਜ਼ਿਆਦਾ ਵਿਕਦੀ ਹੈ, ਹੱਦ ਤੋਂ ਜ਼ਿਆਦਾ ਵੀ। ਅਤੇ ਸਾਡੇ ਘਰ ਦੇ ਜੀ ਵੀ ਦਾਰੂ ਪੀ ਕੇ ਵੀ ਇੰਜ ਵੀ ਪੂਰੇ ਹੋ ਗਏ ਆ। ਉਸ ਤੋਂ ਪਹਿਲਾਂ ਵੀ ਸਹੁਰਾ ਵੀ ਬਹੁਤ ਦਾਰੂ ਪੀਂਦਾ ਸੀ, ਪੀਂਦੇ ਸਾਰੇ ਹੀ ਸਹੁਰਾ ਵੀ ਪੂਰਾ ਆ ਗਿਆ। ਉਸ ਤੋਂ ਬਾਅਦ ਵੀ ਮੇਰੇ ਘਰ ਵਾਲੇ ਪੂਰੇ ਹੋ ਗਏ, ਦਿਓਰ ਉਹ ਬਹੁਤ ਜ਼ਿਆਦਾ ਢਿੱਲਾ, ਉਹ ਵੀ ਦਾਰੂ ਪੀਣ ਕਰਕੇ ਵੀ। ਸ਼ਰਾਬ ਕਿਹੜੀ ਪੀਂਦੇ ਨੇ ਮਤਲਬ, ਕਿਸ ਤਰ੍ਹਾਂ? ਇਹ ਸਰ ਵੀ ਗੰਦੇ ਪਾਣੀ ਦੀ ਦਾਰੂ ਆ ਵੀ, ਫਾਟਾਂ ਦੇ ਪਾਣੀ ਦੀ। ਉਹ ਇੱਕ ਦਿਨ 'ਚ ਬਣਾ ਕੇ ਅਤੇ ਦੂਜੇ ਦਿਨ ਵੀ ਵੇਚਦੇ ਆ, ਸ਼ਰੇਆਮ ਹੀ ਵੇਖਦੀ। ਇੱਥੇ ਕੋਈ ਵੀ ਕਾਰਵਾਈ ਨਹੀਂ ਕਰਦਾ, ਨਹੀਂ ਨਾ ਕੋਈ ਵੀ ਨਹੀਂ ਇੱਥੇ ਕਾਰਵਾਈ ਕਰਦਾ। ਪੁਲਿਸ ਵੀ ਆਈ ਪੁੱਛ ਦੱਸ ਕੇ ਚਲੇ ਗਏ। ਉਹ ਕਹਿੰਦੇ ਅਸੀਂ ਮਹੀਨਾ ਭਰਦੇ ਪੁਲਿਸ ਨੂੰ ਵੀ ਤੁਸੀਂ ਨਾ ਪੀਣ ਆਓ, ਪੀ ਕੇ ਵੀ ਘਰੇ ਕਲੇਸ਼ ਰਹਿੰਦਾ ਹਰ ਇੱਕ ਦੇ ਘਰੇ। ਅਸੀਂ ਆਹਨੇ ਵੀ ਅਸੀਂ ਤਾਂ ਚੱਲ ਜਿਹੜੇ ਰੋਂਦੇ ਹਾਂ ਵੀ ਆਉਣ ਵਾਲਾ ਜਿਹੜਾ ਸਮਾਂ ਹੈ ਕਈ ਨਵੀਂ ਪੀੜ੍ਹੀ ਲਈ ਚੰਗਾ ਹੀ ਆਵੇ। ਸਰਕਾਰ ਅੱਗੇ ਸਾਡੀ ਇਹ ਮੰਗ ਹੈ ਸਰ ਵੀ ਹੁਣ ਵੀ ਆਪ ਮੈਂ ਮਿਡ ਡੇ ਮੀਲ ਕੁਕਿੰਗ ਦਾ ਕੰਮ ਕਰਦੀ ਹਾਂ, 1700 ਰੁਪਏ ਨਾਲ ਵੀ ਕਿਵੇਂ ਘਰ ਦਾ ਗੁਜ਼ਾਰਾ ਹੋਏਗਾ ਵੀ, ਜਿਹੜੇ ਘਰ ਦੇ ਵੀ ਵਾਰਸ ਉਹ ਤਾਂ ਤੁਰ ਗਏ। ਸਰਕਾਰ ਤੋਂ ਸਰ ਇਹ ਮੰਗ ਹੈ ਕੋਈ ਸਾਡਾ ਮਸਲਾ ਹੱਲ ਕਰਨ ਵੀ, ਇੱਕ ਦਾਰੂ ਬੰਦ ਹੋ ਜਾਵੇ ਵੀ, ਦੂਜੀ ਗੱਲ ਵੀ ਸਾਨੂੰ ਕੋਈ ਸਹਾਇਤਾ ਦਿੱਤੀ ਜਾਵੇ। ਸਰਕਾਰ ਤਾਂ ਕਹਿੰਦੀ ਨਸ਼ਾ ਬੰਦ ਕਰਤਾ, ਕੋਈ ਸਰ ਨਸ਼ਾ ਬੰਦ ਨਹੀਂ ਹੋਇਆ, ਇਹ ਨਸ਼ੇ ਕਰਕੇ ਮੌਤ ਹੋ ਗਈ। ਹਾਂਜੀ। ਹੁਣ ਸਰ ਤੁਸੀਂ ਸਰਕਾਰ ਨੂੰ ਕੋਈ ਜ਼ਿੰਮੇਵਾਰ ਠਹਿਰਾਉਣਾ ਚਾਹੁੰਦੇ ਕਿਸ ਤਰ੍ਹਾਂ? ਤੇ ਸਰ ਵੀ ਜ਼ਿੰਮੇਵਾਰ ਸਰਕਾਰ ਹੀ ਹੈ, ਜਦੋਂ ਦਾਰੂ ਸ਼ਰੇਆਮ ਵੇਚਦੀ ਹੈ, ਪੁਲਿਸ ਮਹੀਨਾ ਭਰ ਦਿੰਦੇ ਆ ਲੋਕ ਤੋਂ ਪੈਸੇ ਲੈ ਜਾਂਦੇ ਤੇ ਚੱਲ ਵੀ ਨਹੀਂ ਫੜਦੀ, ਨਹੀਂ ਫੜਦੀ। ਹੁਣ ਮਹੀਨਾ ਡੇਢ ਸਰ ਹੋ ਗਿਆ ਵੀ ਇੰਜ ਡੈਥ ਹੋਈ ਨੂੰ, ਕੋਈ ਇਹਨੇ ਆ ਕੇ ਵੀ ਕੋਈ ਕਾਰਵਾਈ ਨਹੀਂ ਕੀਤੀ। ਹੁਣ 2 ਸਰ ਬੱਚੇ ਹੁਣ ਸਰ ਅਸੀਂ ਤਾਂ ਇੰਨੇ ਪੜ੍ਹੇ ਲਿਖੇ ਹੈਗੇ ਨਹੀਂ ਵੀ ਜਿਹੜਾ ਭੱਜ ਧੜੁੱਕ ਕਰ ਲਾਂਗੇ। ਸਰਕਾਰ ਨੂੰ ਇਹ ਸਰ ਕਹਿਣਾ ਚਾਹੁੰਦੇ, ਗਰੀਬ ਘਰ ਅਸੀਂ, ਰੋਟੀ ਮੁਸ਼ਕਲ ਨਾਲ ਪੱਕੇ, ਇਹਦੀ ਵੀ ਸਾਡੀ ਸਹਾਇਤਾ ਕੀਤੀ ਜਾਏ। ਘਰ ਕਈ ਉੱਜੜ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ, ਤੇ ਅਸੀਂ ਇਹ ਕਹਿੰਦੇ ਹਾਂ ਵੀ ਸ਼ਰਾਬ ਰੋਕੀ ਜਾਵੇ, ਨਾ ਕੋਈ ਕੱਢੇ ਇੱਥੇ ਸ਼ਰਾਬ। ਇਹ ਸ਼ਰਾਬ ਕਿਸ ਤਰ੍ਹਾਂ ਨਿਕਲਦੀ, ਕਿੱਥੋਂ ਕੱਢਦੇ ਨੇ? ਇਹ ਕਸੂਰ ਤੋਂ ਪਾਣੀ ਆਉਂਦਾ ਇਕੱਲਾ ਦਰਿਆ ਤੋਂ ਗੰਦਾ, ਉਹਦੇ ਨਾਲ ਵਿੱਚ ਜ਼ਹਿਰੀਲੀਆਂ ਚੀਜ਼ਾਂ ਪਾਈਆਂ ਜਾਂਦੀਆਂ, ਗਾਚੀ ਪਾਈ ਜਾਂਦੀ, ਕੋਲ ਪਾਈ ਜਾਂਦੀ ਹੈ, ਉਹਦੇ ਨਾਲ ਪੀਂਦੇ ਨੇ, ਜਿਸ ਤਰ੍ਹਾਂ ਪੀਂਦੇ ਨੇ ਉਸੇ ਤਰ੍ਹਾਂ ਮੌਤਾਂ ਹੋਈਆਂ ਜਾਂਦੀਆਂ ਨੇ ਜ਼ਹਿਰੀਲੀ ਨਾਲ। ਤੇ ਪੁਲਿਸ ਪ੍ਰਸ਼ਾਸਨ ਕੋਈ ਨਹੀਂ ਧਿਆਨ ਦਿੰਦਾ ਇਹਦੇ ਵੱਲ? ਨਾ ਉਹ ਪ੍ਰਸ਼ਾਸਨ ਨਹੀਂ ਦਿੰਦੇ ਤੇ ਨਾ ਹੀ ਉਹ ਰੋਕਦੇ ਨੇ ਸ਼ਰਾਬ ਨੂੰ। ਕੌਣ ਨਹੀਂ ਰੋਕਦਾ? ਪੁਲਿਸ ਵਾਲੇ, ਉਹ ਆਪ ਹੀ ਪੈਸਾ ਲਾਇਆ ਕਿਤੇ ਬਹਿ ਜਾਂਦੇ ਨੇ। ਤੁਸੀਂ SHO ਕੋਲ ਕਦੀ ਗਏ? ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਵੀ ਕੋਈ ਨਹੀਂ ਬੰਦ ਕਰਦੇ ਆਉਂਦੇ ਨੇ, ਕਰਦੇ ਹੀ ਨਹੀਂ ਤੇ ਅੱਗੋਂ। ਤੇ ਠੇਕੇਦਾਰਾਂ ਨੂੰ ਜਦੋਂ ਕਹਿੰਦੇ, ਠੇਕੇਦਾਰ ਕੀ ਕਹਿੰਦੇ ਨੇ? ਉਹ ਆਉਂਦੇ ਨੇ ਸਾਡਾ ਲੈਣ ਦੇਣ ਹੈਗਾ SHO ਨਾਲ। ਨਹੀਂ ਰੋਕਦੇ ਬਿਲਕੁਲ, ਉਹ ਨਹੀਂ ਰੋਕਦੇ ਬਿਲਕੁਲ, ਉਹਨਾਂ ਦਾ ਕੋਈ ਗੱਲ ਨਹੀਂ ਕਰਦੇ। ਅੱਛਾ, ਹੁਣ ਕਿੰਨੇ ਘਰਾਂ ਦੇ ਚਿਰਾਗ ਇੱਥੇ ਬੁੱਝ ਚੁੱਕੇ ਨੇ? ਕਿੰਨੀਆਂ ਜਨਾਨੀਆਂ ਜਿਹੜੀ ਵਿਧਵਾ ਹੋ ਚੁੱਕੀਆਂ? ਕਈ ਵਿਧਵਾ ਹੋ ਗਈਆਂ ਨੇ, ਕਈ ਬੱਚੇ ਰੁਲਦੇ ਫਿਰਦੇ ਨੇ। ਕਿਸ ਤਰ੍ਹਾਂ ਵਿਧਵਾ ਹੋਈਆਂ ਨੇ, ਕੀ ਕਾਰਨ ਸੀਗਾ? ਇਹ ਜ਼ਹਿਰੀਲੀ ਸ਼ਰਾਬ ਦੇ ਕਾਰਨ ਚ। ਹੁਣ ਸਰਕਾਰ ਨੂੰ ਤੁਸੀਂ ਕੀ ਫਰਿਆਦ ਕਰਨਾ ਚਾਹੁੰਦੇ ਹੋ? ਸਰਕਾਰ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਹ ਰੋਕੀ ਜਾਵੇ ਦਾਅਵੇ ਵੱਡੇ ਵੱਡੇ ਕਰਦੀ, ਪਰ ਕੋਈ ਰੋਕਦੇ ਨਹੀਂ ਨਸ਼ੇ। ਹੋਰ ਵੀ ਜਿੰਨੀ ਵੀ ਦੁਨੀਆ ਉਹ ਸਾਰੀ ਬਚਣੀ ਚਾਹੀਦੀ ਇੱਥੇ ਗੱਟੀ 'ਚ, ਇਹ ਸ਼ਰਾਬ ਬੰਦ ਕੀਤੀ ਜਾਏ ਜਮਾ ਹੀ। ਪ੍ਰਸ਼ਾਸਨ ਦੀ ਮਿਲੀ ਭੁਗਤੀ ਸਾਰੀ? ਹਾਂ, ਇਹ ਵੀ ਪ੍ਰਯਤਨ ਕੀਤੀ ਜਾਵੇ ਵੀ ਕਿਉਂ ਰੋਕ ਲੱਗ ਜਾਵੇ ਇੱਥੇ ਸ਼ਰਾਬ ਦੀ। ਇੱਥੇ ਨਿਕਲਦੀ ਗੰਦੀ ਸ਼ਰਾਬ ਕਿੱਥੋਂ ਨਿਕਲਦੀ? ਦਰਿਆ ਦੇ ਕਿਨਾਰੇ ਤੋਂ। ਅੱਛਾ, ਪਾਣੀ ਕਿਸ ਤੋਂ ਆਉਂਦਾ, ਕਿੱਥੋਂ ਕੱਢਦੇ ਨੇ? ਕਸੂਰ ਤੋਂ ਪਾਣੀ ਗੰਦਾ ਆਉਂਦਾ, ਤੋਂ ਉਹਦਾ ਗੰਦੇ ਪਾਣੀ ਦੀ ਕੱਢਦੇ ਨੇ ਬਣਾ। ਜ਼ਹਿਰੀਲਾ ਪਾਣੀ ਹੁੰਦਾ ਕੀ? ਉਹ ਜ਼ਹਿਰੀਲਾ ਪਾਣੀ ਹੁੰਦਾ ਹੈ, ਉਹਦੇ ਵਿੱਚ ਕੱਢੀ ਜਾਂਦੀ ਅਤੇ ਵਿੱਚ ਗੰਦਗੀ ਪਾਉਂਦੇ ਨੇ, ਬਹੁਤ ਜ਼ਹਿਰੀਲੀਆਂ ਚੀਜ਼ਾਂ ਪਾਉਂਦੇ ਨੇ, ਗਾਚੀ ਪਾਈ ਨੇ, ਕੋਲ ਪਾਈ ਜਾਂਦੀ ਹੈ। ਸਰਕਾਰ ਨੂੰ ਕੀ ਕਹਿਣਾ? ਸਰਕਾਰ ਦਾਅਵੇ ਕਰਦੀ ਤੇ ਰੋਕੇ ਨਾ ਸ਼ਰਾਬ ਨੂੰ, ਵੀ ਇਹ ਨਾ ਕੱਢੀ ਜਾਵੇ, ਨਸ਼ਾ ਨੂੰ ਰੋਕਾ ਜਾਵੇ ਇਸ ਨੂੰ। ਕਿਸ ਤਰ੍ਹਾਂ ਤੁਹਾਡੇ ਜਿਹੜੇ ਘਰ ਵਾਲੇ ਡੈਥ ਹੋਈ ਸੀਗੀ? ਸ਼ਰਾਬ ਪੀ ਕੇ। ਕਿਸ ਤਰ੍ਹਾਂ ਦੀ ਸ਼ਰਾਬ ਇੱਥੇ ਵਿਕਦੀ ਹੈ? ਸ਼ਰਾਬ ਜ਼ਹਿਰੀਲੀ ਸ਼ਰਾਬ ਹੈਗੀ,
ਗੰਦੇ ਪਾਣੀ ਦੀ ਸ਼ਰਾਬ ਕੱਢਦੇ ਆ ਦਿਨ ਭਰ ਰਾਤ ਪੀਂਦਾ ਆ। ਸਰਕਾਰ ਤਾਂ ਬੜੇ ਵੱਡੇ ਵੱਡੇ ਦਾਅਵੇ ਕਰਦੀ ਹੈ ਨਸ਼ਾ ਖਤਮ ਕਰਤਾ, ਹਾਂ ਤੁਸੀਂ ਕੀ ਕਹਿ ਰਹੇ ਹੋ ਇਹਦੇ ਬਾਰੇ? ਪੁਲਿਸ ਆਉਂਦੀ ਫੜਦੇ ਨਹੀਂ, ਹੁਣ ਪੈਸੇ ਦੇ ਦਿਓ ਤੇ ਮੋੜ ਜਿਵੇਂ ਅੱਜ ਜਾਂਦੇ ਰਹਿੰਦੇ ਪੁੱਠੇ। ਵੀ ਪੁਲਿਸ ਦੇ ਦੀ ਜ਼ਿੰਮੇਵਾਰ ਪੁਲਿਸ ਹੈ ਜਿਹੜੀ ਘਰ ਵਾਲੇ ਇੰਨੀਆਂ ਦੱਥਾਂ ਹੋ ਰਹੀਆਂ ਜਿਹੜੀਆਂ ਪਿੰਡ ਦੇ ਵਿੱਚ ਜਿਹੜੀ ਮੌਤਾਂ ਹੋ ਰਹੀਆਂ, ਹਾਂ ਮੌਤ ਪੁਲਿਸ ਕਰਦੀ ਨਹੀਂ ਕੋਈ ਨਹੀਂ, ਹਾਂਜੀ ਦਾਰੂ ਬੰਦ ਕਰਦੀ ਨਹੀਂ, ਦਾਰੂ ਨਹੀਂ ਤਾਂ ਬੰਦ ਬਿਲਕੁਲ ਹੀ ਕਰਦੇ। ਹੁਣ ਕੀ ਕਹਿਣਾ ਸਰਕਾਰ ਨੂੰ ਤੁਹਾਡੀ? ਸਰਕਾਰ ਨੂੰ ਕੀ ਖਰਚਾ ਪਾਣੀ ਸਾਡਾ ਹੈਗਾ ਕੋਈ, ਕੋਈ ਕਰਨ ਵਾਲਾ ਤੈਅ ਨਹੀਂ ਕਰੇ। ਤੇ ਤੁਹਾਡੀ ਕਿੰਨੇ ਬੇਟੇ ਨੇ? ਕਿੰਨੀਆਂ ਬੇਟੀਆਂ? ਇਕੱਲੀ ਗੁੱਡੀ ਹੈ। ਤੇ ਘਰ ਦਾ ਗੁਜ਼ਾਰਾ ਹੁਣ ਕਿਸ ਤਰ੍ਹਾਂ ਚੱਲਦਾ? ਕਿਵੇਂ ਕਰਨੇ ਆ ਦਿਹਾੜੀ ਦੂੜੀ ਮਾੜੀ ਮੋਟੀ ਕਰਕੇ, ਪਹਿਲੀ ਹੈ ਨਹੀਂ ਆਪਣੀ। ਅੱਛਾ, ਤੇ ਹੁਣ ਕੀ ਸਰਕਾਰ ਨੂੰ ਕਹਿਣਾ ਚਾਹੁੰਦੇ? ਖਰਚਾ ਪਾਣੀ ਦੇਵੇ ਹੋਰ ਕੀ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਸਵਾਮੀ ਸ਼ੁਕਰਾਚਾਰੀਆ, ਮਾਂ ਕਾਲੀ ਉਪਾਸਕ, ਤਾਂਤਰਿਕ ਵਿਧੀ ਨਾਲ ਪਾਓ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ, ਪਤੀ ਪਤਨੀ 'ਚ ਝਗੜਾ, ਪ੍ਰੇਮ ਵਿਆਹ 'ਚ ਰੁਕਾਵਟ, ਸੌਧਨ ਦੁਸ਼ਮਣ ਦਾ ਖਾਤਮਾ, ਵਿਦੇਸ਼ 'ਚ ਪੱਕਾ ਹੋਣਾ, ਕੀਤਾ ਕਰਾਇਆ, ਗੁਪਤ ਵਸ਼ੀਕਰਨ ਕਰਾਓ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬੱਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ, ਸੰਪਰਕ ਕਰੋ 98 729 0 14 31।